बिस्मिल्लाह रहमान रहीम। अस्सलाम वालेकुम दोस्तों, मैं हूं मोहम्मद रमज़ान और आप देख रहे हैं बिस्मिल्लाह बेस्ट यूट्यूब चैनल। दोस्तों चैनल पे आप दोस्तों का आज की वीडियो पे जनाब वेलकम है, खुश आमदीद है आप भाइयों को आज की वीडियो में। आज की वीडियो की दोस्तों की डेट 13 अप्रैल 2024 हफ्ता का दिन है, मौजूद हैं बलोच डेयरी फार्म अली हैदर भाई के पास। और आज की वीडियो की लोकेशन ज़िला सरगोधा और दोस्तों की तहसील बलवाल कोट हाकम खान में खड़े हैं, जहाँ पर भाई का फार्म है और बेरा इंटरचेंज सबसे ज़्यादा नज़दीक है, तकरीबन 8-9-10 किलोमीटर के फासले पे। मज़ीद डिटेल है भाई अली हैदर भी देंगे, जो मुझे बताया गया मैं आपको बता रहा हूँ, फिर मज़ीद तफसील इंशाल्लाह पूछेंगे। भाई का इंपोर्टेड गांव माशाल्लाह गायों का काम है, आपको बैक साइड पे नज़र भी आ रही है, माशाल्लाह हैवी वेट जानवर। और मज़े की बात ऐसे माशाल्लाह जानवर हैं, 5-5 गाय रखने की आपको ज़रूरत नहीं है, इस तरह की इंशाल्लाह गायों का शौक करा जाएगा। और आज की वीडियो में कितनी है, क्या क्या प्राइजेज लग रही हैं आप भाइयों के लिए, और ईद भी बिल्कुल फ्रेश ताज़ा अभी गुजरी है, थोड़े दिन हुए हैं, तो क्या क्या जनाब आप भाइयों को गिफ्ट मिलने वाले, मुकम्मल दे देंगे। अस्सलाम वालेकुम जी, वालेकुम अली भाई की अलीवाम भाई, क्या हाल है, सेहत भी ठीक है जी। सब तो पहले साडे वेखण वाले तकण वाले सारे भरावान अस्सलाम वालेकुम होवे जी, मुबारक होवे ईदी की जेड़ा भाइयों, बाकी गुज़िश्ता ईद मुबारक होवे जनाब सारे भरावान, जिन्हां नूं व्हाट्सएप ते असीं ईद मुबारक नहीं कह सके जी, माजरत जी। ਬਾਕੀ ਤੁਹਾਡਾ ਹੁਣ ਵੇਖ ਰਹੇ ਨੇ, ਮੁਬਾਰਕ ਵੀ ਦਿੱਪ ਗਈ ਉਹਨਾਂ ਨੂੰ ਰੋਜ਼ਿਆਂ ਦੀ ਵੀ, ਈਦ ਦੀ ਵੀ, ਤੇ ਨਾਲ ਹੁਣ ਈਦੀ ਦੇਵਣੀ ਵੀ ਨੇ ਅੱਜ ਵੀਡੀਓ ਦੇ ਵਿੱਚ। ਸਰ ਇਨਸ਼ਾਅੱਲਾ ਇਨਸ਼ਾਅੱਲਾ ਭਰਾਵਾਂ ਨੂੰ ਅੱਜ ਈਦ ਪੈਕੇਜ ਦੇਵਾਂਗੇ ਤੇ ਯਾਦ ਕਰੋ, ਮਾਸ਼ਾਅੱਲਾ ਯਾਦ ਕਰਨਗੇ ਬਿਲਕੁਲ, ਵੈਰੀ ਗੁੱਡ ਭਾਈ। ਕਿੰਨੀਆਂ ਗਾਵਾਂ ਲਾਣੀਆਂ ਤੇ ਕੀ ਲਾਂਦੀ ਸਾਰੀ? ਅਲਹਮਦੁਲਿਲਾ ਥੋੜਾ ਜਿਹਾ ਜਾਨਵਰ ਨੇ, ਠੀਕ ਹੈ, ਸਿਰਫ ਔਰ ਸਿਰਫ 3 ਗਾਵਾਂ ਨੇ ਮਾਸ਼ਾਅੱਲਾ, 4 ਬਰੀਡਰ ਨੇ, 1 ਬੁੱਲ ਸੀ ਉਹ ਸੇਲ ਹੋ ਗਿਆ ਸਾਡੇ ਕੋਲ, ਤੇ 2 ਗਾਵਾਂ ਹਨ ਸਰਫਰਾਜ਼ ਦੀਆਂ ਸਾਡੇ ਕੋਲ ਵਿਕੀ ਖਲੀਆਂ ਨੇ ਜੇਲਮ ਤੋਂ, ਠੀਕ ਹੋ ਗਿਆ, ਬਾਕੀ 3 ਜਾਨਵਰਾਂ ਨੇ, 1 ਹੀਫਰ ਹੈ ਛੋਟੀ, ਠੀਕ ਹੈ, ਕੁਝ ਛੋਟੇ ਬੱਚੇ ਨੇ, ਠੀਕ ਹੈ, ਜਿਹੜੇ ਬਰੀਡਰ ਨੇ, ਕੋਸ਼ਿਸ਼ ਕਰਦਾ ਇਨਸ਼ਾਅੱਲਾ ਕੋਸ਼ਿਸ਼ ਕਰਦਾ ਦਰਾਵਾਂ ਨਾਲ ਜਾਇਦ ਤੋਂ ਜਾਇਦ ਜਿਹੜਾ ਮੁਨਾਸਬ, ਬਿਲਕੁਲ ਮੁਖਤਸਰ ਜਰੇ ਮੁਖਤਸਰ, ਅੱਗੇ ਵੀ ਮੁਖਤਸਰ ਹੀ ਉਹਨੇ, ਠੀਕ ਹੈ, ਯਾਦਰ ਕਦੀ ਨਜਾਇਜ਼ ਨਹੀਂ ਕੀਤੀ ਇਨਸ਼ਾਅੱਲਾ ਕੋਸ਼ਿਸ਼ ਕਰਦਾ। ਅੱਛਾ ਸਰ ਗਾਵਾਂ ਫਰੈਸ਼ ਡਿਲੀਵਰ ਹੈ ਨੇ ਜਾਂ ਕਿਵੇਂ ਦੀਆਂ ਨੇ? ਪ੍ਰੈਗਨੈਂਟ ਗਾਵਾਂ ਨੇ ਆਖਰੀ ਮੰਥ ਵਿੱਚ ਕਲੋਜ਼ ਆਪ ਵਿੱਚ, ਠੀਕ ਹੈ, ਇੱਕ ਗਾਂ ਜਿਹੜੀ ਹੈ ਉਹ ਮਿਲਕਿੰਗ ਉਹ ਅਲੱਗ ਦਾ ਵਿਖਾ ਦਿੱਤਾ, ਠੀਕ ਹੋ ਗਿਆ, ਠੀਕ ਹੋ ਗਿਆ। ਅਤੇ ਬਾਕੀ ਇੱਕ ਭਰਾਵਾਂ ਦੇ ਅੱਗੇ ਰਿਕੁਐਸਟ ਹੈ, ਮੈਂ ਕਾਫੀ ਟਾਈਮ ਤੋਂ ਸੋਚਦਾ ਲੇਕਿਨ ਕੋਈ ਟਾਈਮ ਨਹੀਂ ਮੈਨੂੰ ਖਾਸ ਮਿਲਿਆ, ਕਿ ਇੱਕ ਸਾਡੇ ਜਨੂਬੀ ਪੰਜਾਬ ਵਾਲੀ ਸਾਈਡ 'ਤੇ ਨਾ ਟਰੈਂਡ ਚੱਲਿਆ ਹੋਇਆ ਹੈ ਕਿ ਫੇਸਬੁੱਕ ਦੇ ਉੱਤੇ ਜਾਨਵਰ ਲਾ ਦਿੰਦੇ ਨੇ, ਜਾਨਵਰ 5 ਲੱਖ ਦਾ ਹੁੰਦਾ, ਕੀਮਤ ਉਸਦੀ ਲਾ ਦਿੰਦੇ ਨੇ 2 ਲੱਖ 2.5 ਲੱਖ। ਅੱਛਾ, ਤੇ ਬੰਦੇ ਲਾਲਚ 'ਚ ਆ ਕੇ ਪੈਸੇ ਭੇਜ ਦਿੰਦੇ ਨੇ, ਬਾਅਦ 'ਚ ਜਾਣੂ ਨਹੀਂ ਬਣਦੇ, ਤੇ ਜ਼ਿਆਦਾਤਰ ਟਰੈਕਟਰ ਵਿਖਾਉਂਦੇ ਨੇ, ਗੱਡੀਆਂ ਵਿਖਾਉਂਦੇ ਨੇ, ਉੱਥੇ ਜਾ ਕੇ ਬੰਦੇ ਨੂੰ ਕਿਡਨੈਪ ਕਰ ਲੈਂਦੇ ਨੇ। ਭਰਾਵਾਂ ਅੱਗੇ ਰਿਕੁਐਸਟ ਹੈ ਕਿ ਆਨਲਾਈਨ ਸੌਦਾ ਕਰਨ ਲੱਗਿਆ ਆਪਣੀ ਇੱਕ ਵਾਰੀ ਪੂਰੀ ਛਾਣਬੀਨ ਕਰੋ, ਜਾਂਚ ਪੜਤਾਲ ਕਰੋ, ਪਤਾ ਕਰੋ ਕਿ ਬੰਦਾ ਇਹ ਪਹਿਲੇ ਵੀ ਵੀਡੀਓ ਲਾਉਂਦਾ, ਇਸਦੀ ਵੀਡੀਓ ਪਹਿਲੇ ਚੱਲਦੀ ਹੈ, ਕਿਹੜੇ ਚੈਨਲ 'ਤੇ ਚੱਲਦੀ ਹੈ, ਚੈਨਲ ਦਾ ਓਨਰ ਕੌਣ ਹੈ, ਖੂਬਸੂਰਤ ਔਰ ਭਾਈ ਦਾ ਦੁਬਾਰਾ ਦੱਸਾਂ ਇੰਪੋਰਟਡ ਦਾ ਕੰਮ ਇੰਤਹਾਈ ਮਾਕੂਲ ਰੇਟ ਲੱਗਣ ਵਾਲੇ ਬਕੌਲ ਭਾਈ ਦੇ, ਔਰ ਵੇਖ ਵੀ ਲੈਣਾ ਇੱਕ ਗਾਂ ਕੋ ਲੈ ਕੇ ਐਂਡ ਤੱਕ ਵੀਡੀਓ ਸਕੂਨ ਨਾਲ ਵੇਖਣੀ, ਤਸੱਲੀ ਨਾਲ ਵੇਖਣੀ ਹੈ,
ਤੇ ਮਜ਼ਾ ਜ਼ਰੂਰ ਆਸੀ ਇਨਸ਼ਾਅੱਲਾ। ਪੈਕੇਜ ਬੜੇ ਨੇ ਵੀਡੀਓ, ਪੈਕੇਜ ਬੜੇ ਨੇ, ਨਸਣਾ ਨਹੀਂ ਹੈ, ਵਜਾਣੀ ਨਹੀਂ ਵੀਡੀਓ ਐਨੀ ਹੈ, ਵੇਖਣੀ ਮੁਕੰਮਲ ਇੱਕ ਗਾਂ ਕੋਲ ਐਂਡ ਤੱਕ। ਤੇ ਬਾਕੀ ਸਕੂਨ ਆਇਆ ਤਾਂ ਜ਼ਰੂਰ ਜਨਾਬ ਮਾਸ਼ਾਅੱਲਾ ਦੇ ਕਮੈਂਟ ਕਰ ਦੇਣਾ ਤੇ ਥੱਲੇ ਜਨਾਬ ਐਪਰੀਸ਼ੀਏਟ ਜ਼ਰੂਰ ਕਰਨਾ। ਬਾਕੀ ਇਹ ਵੇ ਜ਼ਿੰਦਗੀ ਦੀ ਤਕਲੀ ਵੀਡੀਓ ਚ ਮੁਲਾਕਾਤ ਹੋਦੀ ਤੇ ਗਾਵਾਂ ਤਸੱਲੀ ਨਾਲ ਦੇਖੋ। ਵੀ ਇਸ ਤਰ੍ਹਾਂ ਕੀ ਵੀਡੀਓਜ਼ ਦੇਖਨੇ ਕੇ ਲੀਏ ਬਿਸਮਿਲ੍ਲਾ ਬੈਸਟ ਚੈਨਲ ਕੋ ਸਬਸਕ੍ਰਾਈਬ ਕੀਜੀਏ ਔਰ ਬੈਲ ਆਈਕਨ ਕੋ ਪ੍ਰੈਸ ਕੀਜੀਏ ਤਾਂ ਕਿ ਹਮਾਰੀ ਹਰ ਨਈ ਆਨੇ ਵਾਲੀ ਵੀਡੀਓ ਕਾ ਨੋਟੀਫਿਕੇਸ਼ਨ ਆਪਕੋ ਬਆਸਾਨੀ ਮਿਲ ਸਕੇ। ਬਿਸਮਿਲ੍ਲਾ ਰਹਿਮਾਨ ਰਹੀਮ। ਦੋਸਤੋ ਜੀ, ਪਹਿਲਾ ਜੋੜਾ ਸਕਰੀਨ ਤੇ ਜਨਾਬ ਅਲੀ ਹੈਦਰ ਭਾਈ ਦੇ ਕੋਲ ਬਲੋਚ ਡੈਰੀ ਫਾਰਮ ਤੇ ਮਾਸ਼ਾਅੱਲਾ ਜੀ ਚੈੱਕ ਕਰਵਾ ਰਹੇ ਹਾਂ ਭਾਈਆਂ ਨੂੰ। ਇੰਪੋਰਟਡ ਦਾ ਕੰਮ ਔਰ ਇੰਪੋਰਟਡ ਹੀ ਮਾਸ਼ਾਅੱਲਾ ਮਿਲਨੀਆਂ ਨੇ, ਬਹੁਤ ਵੱਡੇ ਹਾਈਟ ਕਾਦੀਆਂ ਗਾਵਾਂ, ਹਲਕੀ ਹਲਕੀ ਬਾਰਿਸ਼ ਹੋ ਰਹੀ, ਮੌਸਮ ਬਰਸਾਤ ਬੜਾ ਪਿਆਰਾ ਤੇ ਭਾਈਆਂ ਨੂੰ ਸ਼ੌਕ ਕਰਵਾ ਰਹੇ ਹਾਂ ਜਨਾਬ ਮਾਸ਼ਾਅੱਲਾ। ਪਹਿਲਾ ਹੀਰਾ ਚੈੱਕ ਕਰੋ, ਬਿਲਕੁਲ ਲਾਸਟ ਮਹੀਨੇ ਚੱਲਦੀਆਂ ਪਈਆਂ ਨੇ ਫੁੱਲ, ਯਾਨੀ ਕਿ ਤਿਆਰੀ ਦੇ ਵਿੱਚ ਮਾਸ਼ਾਅੱਲਾ ਚੱਲ ਰਹੀਆਂ। ਇੱਥੇ ਚੈੱਕ ਕਰ ਲਵੋ ਹਾਈਟ ਕਾ ਦੋਵਾਂ ਗਾਵਾਂ ਦੀ, ਵੱਡੇ ਵੇਟ ਦੀਆਂ ਗਾਵਾਂ ਨੇ ਔਰ ਵੀਡੀਓ ਮਾਸ਼ਾਅੱਲਾ ਭਾਈ ਦੇ ਅੱਗੇ ਲੱਗਦੀ ਵੀ ਹੈ ਮੁਖਤਲਿਫ ਚੈਨਲ 'ਤੇ ਅਤੇ ਭਾਈਆਂ ਜਿਹੜਾ ਨਾ ਇਨਸ਼ਾਅੱਲਾ ਇੱਕ ਇੱਕ ਗਾਂ ਪਸੰਦ ਆਉਣੀ ਅਤੇ ਇੱਕ ਇੱਕ ਮਾਸ਼ਾਅੱਲਾ ਜੀ ਹੀਰਾ ਫੋਕਸ ਕਰਕੇ ਤਸੱਲੀ ਨਾਲ ਵੇਖਣਾ। ਅਤੇ ਸਰ ਜੀ ਮੂੰਹ ਦੀਆਂ ਬਾਕੀ ਨਾਲ ਨਾਲ ਡਿਟੇਲਾਂ ਵੀ ਦੇ ਦਿਓ। ਮੂੰਹ ਦੀਆਂ ਛਿਗੀਆਂ ਨੇ ਜੀ, ਛਿਗੀਆਂ ਮੂੰਹ ਦੀਆਂ ਵੇਖ ਲਓ, ਇੰਪੋਰਟਡ ਹੋ ਕੇ ਬੇਸ਼ੱਕ ਹੱਥ ਨਾਲ ਚੋਗੋ ਥੱਲੇ ਪੋ ਮਾਸ਼ਾਅੱਲਾ। ਆਖਰੀ ਮਹੀਨੇ ਵਿੱਚ ਨੇ ਕਲੋਜ਼ ਅਪ ਵਿੱਚ ਨੇ, ਠੀਕ ਹੋ ਗਿਆ, ਲਾਸਟ ਮੰਥ ਚੱਲਦਾ ਪਿਆ ਜੀ। ਤੇ ਲੋਕੀ ਕਹਿੰਦੇ ਨੇ ਕਿ ਕੱਚੀਆਂ ਨੇ ਰੇਟ ਨਹੀਂ ਦੇਣਾ, ਰੇਟ ਅੱਜ ਦੇ ਹੋ ਗਏ, ਅੱਲਾ ਦੇ ਹੁਕਮ ਨਾਲ ਰੇਟ ਛੜਾ ਨਾ ਦੱਸਾਂ, ਰੇਟ ਦੇ ਕੇ ਦੱਸ ਦੱਸਾਂ। ਠੀਕ ਹੋ ਗਿਆ ਦੋਸਤੋ, ਠੀਕ ਹੋ ਗਿਆ, ਰੇਟ ਮਿਲਣਾ ਹੈ ਭਾਈਆਂ ਨੂੰ, ਇਹ ਨਹੀਂ ਹੈ ਬਈ ਲੇਕਿਨ ਕਿਸੇ ਭਰਾ ਨਾਲ ਮੇਰਾ ਕੋਈ ਮੁਕਾਬਲਾ ਨਹੀਂ ਹੈ ਜੀ, ਲੇਕਿਨ ਬਰਾਵਾ ਦੱਸਣਾ ਕਿ ਕਿਸੇ ਬੰਦੇ ਸਰਗੋ ਦੇ ਚ ਰੇਟ ਲਾਇਆ ਕਿ ਨਹੀਂ। ਵੈਰੀ ਗੁੱਡ, ਪੂਰਾ ਸਰਗੋ ਦਾ ਦੋਸਤ ਜੀ, ਇਹ ਰੇਟ ਨਹੀਂ ਲੱਗਣਾ ਜਿਵੇਂ ਦੇ ਮਾਸ਼ਾਅੱਲਾ ਜਾਨਵਰ ਚੈੱਕ ਕਰਾ ਜਾ ਰਹੇ। ਇੱਥੇ ਇੱਕ ਵਾਰੀ ਪਹਿਲਾਂ ਗਾਵਾਂ ਦੇ ਜਿਹੜਾ ਨਖਰੇ ਸਟਾਈਲ ਤੇ ਮਾਸ਼ਾਅੱਲਾ ਗਾਵਾਂ ਦਾ ਖਲੋਣਾ, ਇਹ ਸਾਰੀਆਂ ਚੀਜ਼ਾਂ ਨੋਟ ਕਰੀਆਂ। ਚੀਜ਼ ਬ੍ਰਾਂਡਡ ਹੋਵੇ ਤੇ ਉਸ ਦਾ ਮਾਸ਼ਾਅੱਲਾ ਉਸ ਕੋਲ ਇਹ ਸਟਾਈਲ ਹੁੰਦਾ ਤੇ ਇਹ ਬਰੀਕ ਮਾਸ਼ਾਅੱਲਾ ਸਕਿਨ ਔਰ ਚਮੜੀ ਬਰੀਕ ਦੇ ਵਿੱਚ ਚੈੱਕ ਕਰ ਲਵੋ ਤੇ ਥੱਲੋਂ ਵੀ ਭਾਈਆਂ ਚੈੱਕ ਕਰਾ ਦੇਣੇ ਇਹ ਪੋਜੀਸ਼ਨ ਮਾਸ਼ਾਅੱਲਾ ਵੱਡੇ ਵੇਟ ਦੇ ਦੋਸਤ। ਦੁਬਾਰਾ ਹੁਣ ਜਿਹੜਾ ਨਾ ਜੀ ਦੁੱਧ ਲਾਣਾ ਸਟਾਰਟ ਪੇ ਕਰ ਦੀ, ਹੁਣ ਸ਼ੁਰੂ ਕੀਤਾ ਸੀ ਜੀ ਆ। ਠੀਕ ਹੈ, ਅਪ੍ਰੈਲ ਦੇ ਐਂਡ ਤੇ ਜਾਂ ਇਹ ਸੁਣਦੀ ਹੈ ਜੀ, ਅਪ੍ਰੈਲ ਦੀ ਐਂਡ ਤੇ ਜੀ ਜੀ। ਠੀਕ ਹੋ ਗਿਆ ਦੋਸਤ ਜੀ, ਇਹ ਅਪ੍ਰੈਲ ਦੀ ਐਂਡ ਤੇ ਇਹ ਲਈ ਜਿਹੜੀ ਪਿਛਲੀ ਜੀ ਦੋਏ ਠੀਕੀ ਟਾਈਮ ਤੇ ਸੁਣੀ ਨੇ, ਕੋਈ ਇੱਕ ਦੋ ਦਿਨ ਦਾ ਫਰਕ ਹੋ, ਇੱਕ ਦੋ ਦਿਨ ਦਾ ਫਰਕ ਹੋਣਾ। ਠੀਕ ਹੋ ਗਿਆ, ਦੋਵੇਂ ਹੀ ਭਾਈ ਅਲੀ ਛਗੀ ਛਗੀਆਂ ਨੇ ਜੀ ਜੀ, ਦੋਏ ਚਲਾ ਫਰਾ ਕੇ ਕਰੀ ਬ੍ਰਾਹਮਣ ਜੀ, ਜ਼ਰੂਰ ਚੈੱਕ ਗਾਵਾਂ ਤਸੱਲੀ ਨਾਲ ਕਰੀ ਸ਼ੌਕ ਭਾਈਆਂ ਕਰਾਣਾ ਜੀ। ਬ੍ਰਾਹਮਣ ਦਾ ਜੇ ਸ਼ੌਕ ਪੂਰਾ ਹੋਵੇ ਤਾਂ ਕਮੈਂਟ ਕਰਕੇ ਦੱਸ ਦੇ, ਕਿਉਂ ਨਵੇਂ ਚੈਨਲ ਤੇ ਵੀਡੀਓ ਪੇ ਲੱਗਦੀ ਹੈ ਜੀ, ਇੰਜ ਹੀ ਕਰਾਂ ਬ੍ਰਾਹਮਣ ਦੱਸਣਾ ਦੋਸਤੋ ਜੀ, ਦੱਸਣਾ ਥੱਲੇ ਜ਼ਰੂਰ ਹੈ ਕਿ ਭਾਈਆਂ ਦੇ ਜਿਵੇਂ ਆ ਸਾਡੇ ਕੋਲ ਠਾਡ ਬਣੀ ਤਵਾਨੀ ਠਾਡ ਅੱਜ ਪਈ ਹੈ ਜੀ ਨਹੀਂ, ਅੱਜ ਦੀ ਵੀਡੀਓ ਵੇਖ ਕੇ ਭਾਈ ਜਨਾਬ ਬਲੋਚ ਡੈਰੀ ਫਾਰਮ ਦੀ ਅਤੇ ਰੇਟ ਸੁਣ ਕੇ ਵੀ ਭੋਸੀ ਇਨਸ਼ਾਅੱਲਾ, ਮੇਰਾ ਦਿਲ ਆਦਾ ਕਿਉਂਕਿ ਮੈਂ ਭਾਈ ਅਲੀ ਦੇ ਉਦੋਂ ਵੀਡੀਓ ਲਾਵੀ ਲਾਈਆਂ ਹਨ ਅਤੇ ਇੰਤਹਾਈ ਜਨਾਬ ਮਾਕੂਲ ਜਿਹਾ ਰੇਟ, ਕੁਝ ਜਿਹਾ ਜੇ ਮਜ਼ਦੂਰੀ, ਕੋਈ ਲੰਮਾ ਜੰਪ ਵੀ ਕੋਈ ਨਹੀਂ ਆਉਂਦਾ ਵੀਡੀਓ ਵਿੱਚ ਮਾਸ਼ਾਅੱਲਾ। ਅਤੇ ਹੈਥ ਜਨਾਬ ਇਹ ਵੀ ਚੈੱਕ ਕਰੋ ਔਰ ਪੂਰੀਆਂ ਜਾਨ ਬਾਡੀ ਵਾਲੀਆਂ, ਕੋਈ ਜਾਨਵਰ ਭਾਈਆਂ ਨੇ ਇਨਸ਼ਾਅੱਲਾ ਵੀਕ ਵੀ ਨਜ਼ਰ ਜਨਾਬ ਬਲੋਚ ਡੈਰੀ ਫਾਰਮ 'ਤੇ ਨਜ਼ਰ ਕੋਈ ਨਹੀਂ ਭਾਈਆਂ ਨਾਲ, ਇਹਦੇ ਚੈੱਕ ਕਰ ਲਵੋ ਮਾਸ਼ਾਅੱਲਾ ਬੜੀਆਂ ਐਕਟਿਵ ਗਾਵਾਂ ਨੇ ਔਰ ਸਰ ਰਿਕਾਰਡ ਇਹਨਾਂ ਦਾ ਤਕਰੀਬਨ ਕਿੰਨਾ ਹੋਣਾ ਚਾਹੀਦਾ ਇਨਸ਼ਾਅੱਲਾ। ਇਹ ਪਹਿਲੇ ਸੂਏ 35 ਲੀਟਰ ਤੱਕ ਕਰਦੀਆਂ ਰਹੀਆਂ, ਹਰ ਸੂਏ ਇਹਨਾਂ ਦੁੱਧ 45 ਲੀਟਰ ਕਰਨਾ ਚਾਹੀਦਾ, ਲੇਕਿਨ ਮਾਲਕਾਂ ਦੀ ਸਾਮ ਤੇ ਠੀਕ ਹੋ ਗਿਆ, ਉਹ ਲਾਜ਼ਮੀ ਕਰ ਜੀ, ਉਹ ਤਾਂ ਪਹਿਲੇ ਤੇ ਕੁਛ ਉਹਨਾਂ ਦੇਣੀ ਹੈ। ਮੈਂ ਅੱਗੇ ਬਰਾਵਾਂ ਨੇ ਰਿਕੁਐਸਟ ਕਰਦਾ ਕਿ ਇਹਨਾਂ ਜਾਨਵਰਾਂ ਤੇ ਪੈਸੇ ਭਰਨੇ ਜੀ, ਇਹਨਾਂ ਦਾ ਖਰਚਾ ਡਬਲ ਹੈ ਬਿਲਕੁਲ, ਲੇਕਿਨ ਦੁੱਧ 4 ਗਾਵਾਂ ਦਾ ਦੇਣੀਆਂ, 4 ਗਾਵਾਂ ਦਾ ਦੇਣੀਆਂ, ਸ਼ੱਕ ਕੋਈ ਨਹੀਂ। ਤੇ ਬਾਕੀ ਸਰ ਟਾਈਮ ਲੈਸਨ ਦੋਵੇਂ ਇੱਕੋ ਜਿਤਨਾ ਹੀ ਟਾਈਮ, ਇੱਕੋ ਜਿਤਨਾ ਟਾਈਮ ਲੈਸਨ ਠੀਕ ਹੈ ਦੋਸਤੋ, ਤਸੱਲੀ ਨਾਲ ਦੇਖ ਲਵੋ ਦੋਵੇਂ ਮੂੰਹ ਦੀਆਂ ਛਿਗੀਆਂ, ਦੋਵੇਂ ਸੈਕਿੰਡ ਟੈਮਰ ਔਰ ਮਾਸ਼ਾਅੱਲਾ ਪੂਰੇ ਜਨਾਬ ਨਾ ਜਿਵੇਂ ਆਦੇ ਨਾ ਹੀਰੇ ਪੂਰੇ ਬ੍ਰਾਂਡ। ਸਰ ਕੀ ਰੇਟ ਦੇਣਾ ਨੇ
6-6 lakh ਦੀਆਂ ਵੇਚੀਆਂ ਅੱਜ ਕਿਸੇ ਭਰਾਉ 2 ਲੈ ਲਈਆਂ ਜੀ ਤੇ ਸਿਰਫ 11 ਲੱਖ ਦੀਆਂ 11 ਲੱਖ ਦੇ 2 ਹੀਰੇ ਦੋਸਤੋ ਤੇ ਔਰ ਸਾਡੇ 5-5 ਲੱਖ ਭਾਈ ਨਾਲ ਵੀ ਖਲੋਤੇ ਨੇ ਮਾਸ਼ਾਅੱਲਾ ਕਦ ਪਹਿਲੇ ਗਾਵਾਂ ਦੇ ਚੈੱਕ ਕਰੋ ਔਰ ਪੂਰੇ ਮਾਸ਼ਾਅੱਲਾ ਜੀ ਨਾ ਮੋਢੇ ਦੇ ਬਰਾਬਰ ਗਾਵਾਂ ਵੱਡੇ ਵੇਟ ਦੇ ਆ ਵੇਖ ਲਓ ਜੀ ਜੀ ਵੱਡੇ ਵੇਟ ਦੇ ਭਾਈ ਮੈਂ ਦੂਰ ਮੈਂ ਸਿਰ ਤੋਂ ਪੈਰਾਂ ਤੱਕ ਹੀ ਜੀ ਆ ਤੇ ਨਾ ਕੋਈ ਆ ਬਿਲਕੁਲ ਜੀ ਆ ਬਰੀਡ ਇਸ ਤੋਂ ਚੰਗੀ ਤੇ ਬਾਕੀ ਦੋਸਤੋ ਜੀ ਜਿਹੜਾ ਦੂਰੂ ਭਾਈ ਕੋਈ ਰਾਬਤਾ ਕਰ ਰਿਹਾ ਕੋਈ ਓਵਰਸੀਜ਼ ਭਾਈ ਵੀਡੀਓ ਵੇਖ ਰਿਹਾ ਉਹਦੀ ਵੀ ਟੈਨਸ਼ਨ ਕੋਈ ਨਹੀਂ ਤੂੰ ਪਾਕਿਸਤਾਨ ਤੁਸੀਂ ਜਿਹਦੇ ਭੇਜਣਾ ਜੀ ਜਾਨ ਮੇਰੀ ਰਿਕਵੈਸਟ ਹੈ ਜੀ ਆ ਬੰਦਾ ਸਫ਼ਰ ਕਰਕੇ ਆਵੇ ਮੇਰੇ ਕੋਲ ਪਿਸ਼ੌਰ ਤੋਂ ਆਵੇ ਪਿੰਡੀ ਤੋਂ ਆਵੇ ਬਹਾਵਲਪੁਰ ਤੋਂ ਆਵੇ ਜੀ ਬਿਲਕੁਲ ਅਗਰ ਇੱਥੇ ਆ ਕੇ ਵੀ ਗਾਵਾਂ ਸਮ ਦਿਲ ਨਾ ਲੱਗਣ ਨਾ ਲੱਗੇ ਕਿ ਆਖੇ ਗਾਵਾਂ ਕੋਲ ਕੱਦ ਥੋੜਾ ਹੈ ਵੈਰੀ ਗੁੱਡ ਗਾਵਾਂ ਕੋਲ ਨਸਲ ਨਹੀਂ ਪੂਰੀ ਜੀ ਸਾਨੂੰ ਫਰਕ ਲੱਗਿਆ ਅਸੀਂ ਵੀਡੀਓ ਵਿੱਚ ਵੇਖੀਆਂ ਨੇ ਹੋਰ ਸਹੀ ਸਮਝ ਨਹੀਂ ਆਈ ਸਮਝ ਨਹੀਂ ਆਈ ਜੀ ਆਉਣ ਜਾਣ ਦਾ ਕਿਰਾਇਆ ਵੀ ਦੇ ਸਾਂ ਤੇ ਜੁਰਮਾਨਾ ਵੀ ਜੁਰਮਾਨਾ ਵੀ ਲੇਕਿਨ ਇੱਕ ਭਾਈ ਸਾਹਿਬ ਮੈਨੂੰ ਵੀ ਪਤਾ ਇੱਕ ਗੱਲ ਦਾ ਜਿਹੜੇ ਭਾਈ ਵੀਡੀਓ ਵੇਖਦੇ ਪਏ ਨੇ ਮਾਸ਼ਾਅੱਲਾ ਇੱਥੇ ਆਏ ਤੂੰ ਜ਼ਰੂਰ ਆਖਣਾ ਬਈ ਜਿਤਨੀਆਂ ਵੇਖੀਆਂ ਉਸ ਨਾਲ ਡਬਲ ਹੈ ਭਾਈ ਯਕੀਨ ਕਰੋ ਖੁਦ ਵੀਡੀਓ ਵੇਖਦੇ ਆ ਨਾ ਖੁਦ ਵੀਡੀਓ ਵੇਖਦੇ ਆ ਜੀ ਵੀਡੀਓ ਦੇ ਵਿੱਚ ਜਾਨਵਰ ਅੱਧਾ ਨਜ਼ਰ ਆਉਂਦਾ ਜਿਹੜਾ ਵੱਡਾ ਜਾਨਵਰ ਹੈ ਉਸ ਤੇ ਫਰਕ ਆ ਵੈਂਦਾ ਫਰਕ ਆਉਂਦਾ ਬਿਲਕੁਲ ਜੀ ਬਹੁਤ ਵੱਡੇ ਜਾਨਵਰ ਨੇ ਜੀ ਹਾਂਜੀ ਗੱਲ ਮੇਰਾ 6 ਫੁੱਟ ਕੱਦ ਹੈ ਮੇਰੇ2 ਗਾਵਾਂ ਚੈੱਕ ਕਰੀਏ ਨੈਕਸਟ ਹੋਰ ਬਾਈਆਂ ਗਾਵਾਂ ਚੈੱਕ ਕਰਾਉਂਦੇ ਦੋਸਤੋ ਜੀ ਨੰਬਰ 3 ਤੇ ਮਾਸ਼ਾਅੱਲਾ ਜੀ ਪਿਓਰ ਪਿਓਰ HF ਤੁਹਾਨੂੰ ਚੈੱਕ ਕਰਾਉਂਗਾ ਭਾਈਆਂ ਨੂੰ HF ਦਾ ਮਾਸ਼ਾਅੱਲਾ ਕਈ ਭਾਈ ਨਾਂ ਸੁਣਦੇ ਨੇ ਤਾਂ ਅੱਜ ਮਾਸ਼ਾਅੱਲਾ ਰੀਅਲ ਵੀ ਭਾਈਆਂ ਜਨਾਬ ਸ਼ੌਕ ਕਰਵਾ ਦਿੱਤਾ ਹੈ ਬਲੋਚ ਡੈਰੀ ਫਾਰਮ 'ਤੇ ਫੁੱਲ ਵੱਡੇ ਵੇਟ ਦੀ ਗਾਂ ਪੂਰਾ ਮਾਸ਼ਾਅੱਲਾ ਹੀਰਾ ਪੂਰਾ ਇਨਸ਼ਾਅੱਲਾ ਔਰ ਕੋਈ ਭਾਈ ਰਮਜ਼ਾਨ ਇੱਕ ਰਿਕਵੈਸਟ ਕੈਮਰਾ ਥੋੜ੍ਹਾ ਜਿਹਾ ਵਰਾ ਕਰਿਆ ਜੀ ਜੀ ਗਾਂ ਦੇ ਥਣ 3 ਭਾਈ ਜੀ ਜੀ 3 ਥਣੀ ਕਰਕੇ ਦਿਆਂਗਾ ਲੇਕਿਨ ਕਿਸੇ ਭਰਾ ਨੇ ਇਸ ਨੂੰ ਖੁਰਾਕ ਦਿੱਤੀ ਨਾ ਅੱਲਾ ਦੇ ਹੁਕਮ ਨਾਲ 3 ਗਾਵਾਂ ਦਾ ਦੁੱਧ ਦੇ 3 ਗਾਵਾਂ ਦਾ ਫਿਲਹਾਲ ਸਰ ਕਿੰਨਾ ਚਵਾਣਾ ਨੇ ਮਾਸ਼ਾਅੱਲਾ 26 ਲੀਟਰ ਦੁੱਧ ਦੇ ਜੀ 25 ਲੀਟਰ ਦੀ ਗਰੰਟੀ ਦੇ ਉਹ ਘਰ ਜਾ ਕੇ ਵੀ ਨਾ ਹੋਵੇ ਤੇ ਮੇਰੀ ਜ਼ਿੰਮੇਵਾਰੀ ਹੈ ਠੀਕ ਹੋ ਗਿਆ ਦੋਸਤੋ ਜੀ 26 ਲੀਟਰ ਦੁੱਧ ਦੇ 3 ਟਾਈਮ ਅਸੀਂ ਚੁਆਈ ਕਰਦੇ ਹਾਂ 3 ਟਾਈਮ ਚੁਆਈ ਕਰਦੇ ਨੇ ਤੇ ਇਹ ਚੈੱਕ ਕਰੋ ਬੈਕ ਸਾਈਡ ਦੀਆਂ ਭਾਈਆਂ ਨੂੰ ਕੁਆਲਟੀਆਂ ਮਾਸ਼ਾਅੱਲਾ ਸਾਈਡਾਂ ਤੋਂ ਵੇਨਾ ਲਾੜਾਂ ਪਿੱਲੇ ਡਾਕ ਸਕਦੇ ਹੋ ਇੱਕ ਥਣ ਜਿਹੜਾ ਉਹ ਬਿਲਕੁਲ ਹੀ ਬੰਦ ਹੈ ਥਣ ਚੱਲਦਾ ਹੈ ਸਰ ਦੋ ਦੰਦ ਹੈ ਕੋਈ ਪਾਈਆ ਖਾਣ ਦਾ ਪਾਈਆ ਖਾਣ ਲੇਕਿਨ ਮੈਂ ਤਿੱਲੜ ਕਰਕੇ ਦੇਣੀ ਕਾਬਲੇ ਇਲਾਜ ਹੈ ਕੋਈ ਭਰਾ ਇਲਾਜ ਕਰ ਸਕਦਾ ਠੀਕ ਹੋ ਗਿਆ ਕਾਬਲੇ ਇਲਾਜ ਹੈ ਲੇਕਿਨ ਫਿਲਹਾਲ ਜਿਹੜਾ ਨਾ ਇੱਥੋਂ ਮੌਕੇ ਤੋਂ ਦੋਸਤੋ ਜੀ 3 ਥਣਾਂ ਦਾ ਘੱਟ ਤੋਂ ਘੱਟ ਵੀ ਅਗਰ ਇਸ ਦੇ ਨਾਲ ਪੂਰਾ ਜ਼ੋਰ ਲਾਇਆ ਜਾਵੇ ਨਾ ਜੀ 14 ਕਿਲੋ ਵੰਡਾ ਖਾਣਾ ਹੈ ਬਿਲਕੁਲ ਅਗਰ 14 ਕਿਲੋ ਵੰਡਾ ਇਸ ਗਾਂ ਨੂੰ ਦਿਓ 3 ਟਾਈਮ ਚੁਆਈ ਕਰੋ ਜੀ ਮੇਰਾ ਜ਼ੇਨ ਮੰਨਦਾ ਕਿ ਅੱਲਾ ਦੇ ਹੁਕਮ ਨਾਲ ਇਹ 3 ਥਣਾਂ ਵਿੱਚੋਂ ਵੀ 32-33 ਲੀਟਰ ਦੁੱਧ ਨਹੀਂ ਛੋੜਦੀ 33 ਲੀਟਰ ਸਰ ਇਸ ਬਹੁਤ ਵੱਡਾ ਜਾਨਵਰ ਹੈ ਜਿਤਨੀ ਕਿਸ ਕੋਲ ਹਾਈਟ ਜਿਵੇਂ ਦੀ ਗਾਂ ਔਰ ਜਿਤਨੀ ਮਾਸ਼ਾਅੱਲਾ ਗਾਂ ਕੋਲ ਪਿਓਰ HF ਨਸਲ ਹੈ ਇੱਕ ਵਾਰੀ ਇਸ ਦਾ ਚਿਹਰਾ ਮਾਸ਼ਾਅੱਲਾ 45-50 ਲੀਟਰ ਵਾਲੀ ਗਾਂ ਭਾਈਆਂ ਵਾਜ਼ਾ ਜਿਨ੍ਹਾਂ ਨੂੰ ਪਤਾ ਹੈ ਉਹਨਾਂ ਨਜ਼ਰ ਆ ਰਹੀ ਹੈ ਤੇ ਇਸ ਵੀ ਇਤਨਾ ਨਹੀਂ ਕਰਨਾ ਤਾਂ ਫਿਰ ਤਾਂ ਮੇਰੇ ਖਿਆਲ ਕੋਈ ਨਹੀਂ ਕਿਸੇ ਕਰਨਾ ਦੋਸਤੋ ਜੀ ਨੰਬਰ 3 ਦੀ ਗਾਂ ਸਰ
ਕਿਤਨੀ 5 ਲੀਟਰ ਦੀ ਗਰੰਟੀ? 5 ਲੀਟਰ ਚਵਾ ਕੇ ਦੇ ਸਾਂ, ਬੇਸ਼ੱਕ ਕੋਈ ਇੱਥੇ ਆ ਜਾਵੇ ਤਿੰਨ ਟਾਈਮ ਚਵਾਈ ਕਰੇ, ਲਾ ਦਿਓ 5 ਲੀਟਰ, ਘਰ ਜਾ ਕੇ ਵੀ ਨਾ ਕਰੇ ਤੇ ਮੇਰੀ ਮੋੜ ਦੇਣ ਬਸ, ਬੜੀ ਗੱਲ ਹੀ ਖਤਮ ਹੋ ਗਈ। ਜੀ ਹਾਂ, ਕਿੰਨੇ ਦੀ ਗਾਂ ਤੇ ਯਾਰ? ਜਤਨਾ ਦੁੱਧ ਦੇਈ ਆ ਜਿਸ ਹਿਸਾਬ ਦੀ ਆ, ਇਹ ਫੰਡਰ ਵੀ 4-5 ਲੱਖ ਦੀ ਹੈ। ਮਾਸ਼ਾਅੱਲਾ, ਬਹੁਤ ਵੱਡੇ ਵੇਟ ਦੀ ਗਾਂ। ਜੀ ਹਾਂ ਜੀ ਹਾਂ, ਤੇ ਅਸੀਂ ਅੱਜ ਪੈਸੇ ਜਿਹੜੇ ਨਾ ਜੀ ਕਸਾਬੀ ਲੈ ਲੈਣੇ, ਸਿਰਫ ਕਸਾਬੀ 5 ਲੀਟਰ ਨਾਲ, 5 ਲੀਟਰ ਦੇ ਨਾਲ ਸਿਰਫ ਔਰ ਸਿਰਫ 4,40,000 ਰੁਪਇਆ ਲੈ ਲੈਣਾ ਜੀ। 4,40,000, ਇੱਕ ਵਾਰੀ ਸ਼ੌਕ ਕਰਾਉਣਾ ਗਾਂ ਦਾ ਫਿਰ। ਦੋਸਤੋ ਜੀ, 4,40,000 ਰੁਪਇਆ 5 ਲੀਟਰ ਦੀਆਂ ਮੌਕੇ ਦੀਆਂ ਜਨਾਬ ਚੁਆਈਆਂ, ਤੇ ਮਾਸ਼ਾਅੱਲਾ ਇੱਥੇ ਇੱਕ ਵਾਰੀ ਚੈੱਕ ਕਰੋ। ਬਹੁਤ ਵੱਡਾ ਜਾਨਵਰ ਜੀ, ਵੱਡਾ ਜਾਨਵਰ ਭਾਈ ਸਾਹਿਬ, ਤੁਹਾਡੇ ਜਨਾਬ ਕੱਦਾਂ ਦੇ ਬਰਾਬਰ ਬਾਈਆਂ, ਚੰਗੀ ਤਰ੍ਹਾਂ ਸਮਝ ਆ ਰਹੀ ਤੇ ਭਾਈ ਅੱਗੇ ਵੱਡੀ ਗੱਲ ਕਰ ਰਹੀ ਤੀ ਕੋਈ ਮੌਕੇ ਤੇ ਉਹ ਜਾਨਵਰ ਪਸੰਦ ਨਹੀਂ ਆਉਂਦਾ ਤੇ ਵਿਰਾਵਾਂ ਨੂੰ ਕਿਰਾਇਆ ਖਰਚਾ ਅੱਛਾ ਬਿਸਕਟ ਹਰ ਸ਼ਾਮਿਲ ਸੀ। ਨੰਬਰ 3 ਚੱਲਦੇ ਆ ਦੋਸਤੋ ਜੀ, ਬਲੋਚ ਡੈਰੀ ਫਾਰਮ ਤੇ ਭਾਈਆਂ ਵਾਸਤੇ 3 ਬਰੀਡਰ ਵੀ ਮੌਜੂਦ ਹਨ ਮਾਸ਼ਾਅੱਲਾ ਜੀ, HFS ਵਿੱਚ ਚੈੱਕ ਕਰੋ, ਬਹੁਤ ਮਾਸ਼ਾਅੱਲਾ ਜੀ ਖੂਬਸੂਰਤ ਔਰ ਚੰਗੇ ਹੈਵੀ ਬਰੀਡਰ ਬਣਨ ਲਈ। ਔਰ ਇਹਨਾਂ ਹੀ ਜਿਹੜੀ ਗਾਵਾਂ ਚੈੱਕ ਕਰਨ ਮਾਸ਼ਾਅੱਲਾ, ਇਹਨਾਂ ਦੇ ਬੱਚੇ, ਇਹਨਾਂ ਚ ਗਾਵਾਂ ਆਉਂਦੀਆਂ ਜਿਹਨਾਂ ਦੇ ਬੱਚੇ ਹੁੰਦੇ ਨੇ, ਨਸਲ ਦੇ ਬੱਚੇ ਜੀ, ਪਿਓਰ ਇੰਪੋਰਟਡ ਨੇ ਜੀ, ਬਿਲਕੁਲ ਨਜ਼ਰ ਆ ਰਹੇ ਨੇ। ਫਰਮਾਇਸ਼ ਕਰਦੇ ਸਨ ਕਿ ਬਰੀਡਰ ਯਾਰ ਲੈਣਾ ਹੈ ਲੇਕਿਨ ਥੋੜੀ ਕੀਮਤ ਤੇ ਲੈਣਾ ਹੈ ਜੀ, ਉਹ ਲੈਣਾ ਜਿਸ ਨੂੰ ਦੁੱਧ ਨਾ ਪਿਵਾਉਣਾ ਪਵੇ, ਦੁੱਧ ਨਾ ਪਿਵਾਉਣਾ। ਇਹ 4-4 ਮਹੀਨੇ ਦੇ ਨੇ ਜੀ, ਫੇਡ ਪੱਠਾ ਹਰ ਚੀਜ਼ ਖਾਂਦੇ ਨੇ। ਠੀਕ ਹੈ ਠੀਕ ਹੈ, ਤੇ ਨਸਲ ਦਾ ਤਾਂ ਹਿਸਾਬ ਹੀ ਕੋਈ ਨਹੀਂ। ਉਹ ਤਾਂ ਬਾਈਆਂ ਜਿਵੇਂ ਗਾਵਾਂ ਅਸਾਂ ਵੀ ਖਾ ਛੋੜੀਆਂ ਨੇ ਜਨਾਬ ਜੀ, ਇਹ ਬੱਚਾ ਹੁਣ ਵਿਖਾਓ ਨਾ ਜੀ। ਜੀ ਹਾਂ ਦੋਸਤੋ ਜੀ, ਆ ਪਿਓਰਟੀ ਚੈੱਕ ਕਰੋ ਫੇਸ ਕੁਆਲਿਟੀ ਤੋਂ, ਤੇ ਮਾਸ਼ਾਅੱਲਾ ਖਾਣ ਪੀਣ ਦੇ ਬੱਚਿਆਂ ਕੋਲ ਸਿਹਤ ਬੜੀ ਬੜੀ ਸਿਹਤ ਮਾਰਾ, ਇੱਥੇ ਚੈੱਕ ਕਰੋ ਦੋਸਤੋ। 3 ਬਰੀਡਰਾਂ ਦਾ ਸ਼ੌਕ ਕਰਵਾਇਆ ਔਰ 3 ਵੀ ਮਾਸ਼ਾਅੱਲਾ ਇੰਪੋਰਟਡ, ਇੱਥੇ ਚੈੱਕ ਕਰੋ 130 ਨੰਬਰ ਟੈਗ ਜਨਾਬ, 1,26, 1,30, 1,29, 1,30 ਅਗਰ ਕੋਈ 3 ਲੈ ਲੈਂਦਾ ਲੱਖ ਦੇ ਸਾਹਿਬ, ਲੱਖ। ਵੈਰੀ ਗੁੱਡ ਦੋਸਤੋ ਜੀ, ਪੈਕੇਜ ਸਭ ਤੋਂ ਵੱਡਾ ਈਦ ਅਲ ਫਿਤਰ ਦਾ ਪੈਕੇਜ, ਕਿ ਪੂਰੇ 3 ਲੈ ਸੋ ਤੇ ਲੱਖ ਰੁਪਏ ਦਾ ਪੈਕੇਜ ਤੇ ਰੱਖ ਸੋ, ਅਗਰ ਕੁਝ ਅਰਸਾ ਤੇ ਕਮੇਟੀਆਂ ਨੇਰੀਆਂ। ਭਾਈ ਜੀ, ਅੱਜ ਕੱਲ੍ਹ ਨਾ ਨੌਕਰੀਆਂ ਕਰਨ ਨਾਲੋਂ ਇਹ 3 ਬਰੀਡਰ ਬੰਦਾ 6 ਮਹੀਨੇ ਪਾਲ ਲਵੇ ਨਾ ਜੀ, ਉਹ ਖਾਤੇ ਨਿਕਲ ਜਾਂਦੇ ਨੇ ਪੂਰੇ, ਰੁਪਏ 3 ਲੱਖ ਵੀ ਵਧਾ ਜਾਣ ਨਾ ਜੀ, ਤਾਂ ਵੀ ਬੜਾ, ਤੇ ਤਨਖਾਹ ਫਿਰ ਵੀ ਨਹੀਂ, ਲੱਖ ਰੁਪਇਆ ਮਹੀਨਾ ਤੇ ਰਹਿਣਾ ਵੀ ਫੈਮਿਲੀ ਬੱਚਿਆਂ ਨਾਲ ਹੈ, ਬੱਚਿਆਂ ਨਾਲ ਨੌਕਰੀਆਂ ਕਰਨ ਬੜੀਆਂ ਔਖੀਆਂ ਨੇ ਜੀ, ਬਿਲਕੁਲ। ਦੋਸਤੋ ਜੀ, ਸਾਡਾ ਤੇ ਇੱਕ ਹੈ ਬਰਾਵਨ ਮਸ਼ਵਰਾ, ਅੱਗਾ ਉਹਨਾਂ ਦੀ ਬਾਕੀ ਉਹਨਾਂ ਦੀ ਆਪਣੀ ਮਰਜ਼ੀ ਦੀ ਗੱਲ, ਇਹਦੀ ਗੱਲ ਜੋ ਫੀਲਡ ਅੱਛੀ ਲੱਗਦੀ, ਜੋ ਸਹੀ ਲੱਗਦਾ। ਇਹ ਨਵੇਂ ਦਿਨ ਬੱਚਾ ਰੱਖ ਲਈਏ ਨਾ ਜੀ, ਜੀ ਹਾਂ, ਨਵੇਂ ਦਿਨ ਰੱਖ ਲਈਏ ਤਾਂ ਅੱਲਾਹ ਦੇ ਹੁਕਮ ਨਾਲ 9,000 ਪੂਰਾ ਹੀਰਾ ਮਾਸ਼ਾਅੱਲਾ। ਐਂਡ ਤੇ ਦੋਸਤੋ ਜੀ, ਆਖਰੀ ਹਾਲ ਤੱਕ ਵੀਡੀਓ ਵੇਖਦੇ ਪਏ ਹੋ, ਜਿਹੜੇ ਭਾਈ ਨਸ ਗਏ ਨਾ ਉਹਨਾਂ ਦੀ ਮਰਜ਼ੀ, ਜਿਹੜੇ ਵੇਖਦੇ ਪੈਣ ਲਾਈਕ ਕੋਈ ਨਹੀਂ ਕੀਤਾ ਵੀਡੀਓ ਤਾਂ ਲਾਜ਼ਮੀ ਕਰ ਦਿਓ, ਫੋਟੋ ਥੱਲੇ ਪਈਆਂ ਨੂੰ, ਤੇ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਛੱਡੋ। ਨਵੇਂ ਭਾਈ ਤੁਹਾਡੇ ਵਾਸਤੇ ਮਿਹਨਤ ਅਤੇ 12 ਸ਼ਹਿਰ ਜਨਾਬ ਹੋਈ ਅਤੇ ਮੁੜ ਵੀ ਸਫ਼ਰ ਕੀਤੇ, ਸ਼ੌਕ ਭਾਈਆਂ ਦੇ ਪੂਰੇ ਕਰਵਾਏ ਨੇ। ਤੁਸੀਂ ਲੰਡਨ ਬੈਠੇ ਹੋ, ਸਾਊਦੀਆ ਬੈਠੇ ਹੋ, ਜਿੱਥੇ ਬੈਠੇ ਹੋ, ਇੰਜੋਏ ਕਰੋ ਅਤੇ ਵੀਡੀਓ ਵੇਖੋ, ਮਜ਼ੇ ਦੀ ਮਾਸ਼ਾਅੱਲਾ। ਅਤੇ ਸਰ, ਇਹ ਕਿਤਨੇ ਅਰਸੇ ਦਾ? ਸਰ ਜੀ, ਇਹ ਪੂਰੇ 12 ਮਹੀਨੇ ਦਾ ਹੈ, 12 ਸਾਲ ਦਾ ਹੈ, ਮਾਸ਼ਾਅੱਲਾ। 14 ਮਹੀਨਿਆਂ ਦਾ ਇਹ ਬਰੀਡ ਕਰਦਾ ਹੈ, ਠੀਕ ਹੋ ਗਿਆ, ਠੀਕ ਹੋ ਗਿਆ, ਮਤਲਬ ਹੁਣ ਇਸ ਟਾਈਮ ਜੰਪਿੰਗ ਹਰਕਤ ਕਰ ਰਿਹਾ, ਜੰਪਿੰਗ ਕਰ ਰਿਹਾ, ਠੀਕ ਹੈ, ਤੇ 2 ਮਹੀਨੇ ਤੋਂ ਬਾਅਦ ਬਿਲਕੁਲ ਇਹ ਤਿਆਰ ਹੋ, ਠੀਕ ਹੋ ਗਿਆ ਜੀ।
ਬਾਰਾਂ ਮਾਹ ਦੋਸਤੋ ਜੀ ਉਮਰ 12 ਮਹੀਨਿਆਂ ਦਾ ਵੱਛਾ ਮਾਸ਼ਾਅੱਲਾ ਹੋ ਕੇ ਇੱਕ ਵਾਰੀ ਇਸ ਦੀ ਹਾਈਟ ਵੀ ਨੋਟ ਕਰ ਲਓ ਜਿਹੜੇ ਭਾਈ ਵੀਡੀਓ ਦੇਖ ਰਹੇ ਹੋ ਮਾਸ਼ਾਅੱਲਾ ਲੰਬੀ ਗਰਦਨ ਵਾਲਾ ਵੱਛਾ ਅਤੇ ਹੈਨ ਜੇ ਅੱਗੇ ਇੰਪੋਰਟਡ ਬਾਈਆਂ ਲੱਗੇ ਤਾਂ ਸਲੀ ਨਾਲ ਪਤਾ ਹੈ ਅਤੇ ਆਖਰੀ ਦਾਣਾ ਸਾਰੇ ਦਾ ਕੀ ਰੇਟ ਲਾਊਗਾ ਜੀ ਆਖਰੀ ਹੀਰੇ ਦਾ ਕੀ ਰੇਟ ਲਾ ਰੇਟ ਲਾਉਣ ਨੂੰ ਤਾਂ ਇਹ ਵਿਕਦੇ ਪਏ ਨੇ ਜੀ ਐਡੇ ਐਡੇ ਵੱਛੇ ਲੋਕੀ ਵੇਚਦੇ ਪਏ ਨੇ ਕੋਈ 2 ਲੱਖ ਦਾ ਕੋਈ 2.5 ਲੱਖ ਦਾ ਜੀ ਲੇਕਿਨ ਮੈਂ ਕਿਸੇ ਤਰ੍ਹਾਂ ਅਟੈਕ ਨਹੀਂ ਕਰਦਾ ਮੈਂ ਆਪਣੀ ਮਜ਼ਦੂਰੀ ਜੀ ਆਪਣੀ ਕੀ ਸੋਹਣੀ ਜੀ ਤੇ ਗੱਲ ਕਰਨੀ ਹੈ ਜੀ ਵੱਛਾ ਮੇਰਾ 1.5 ਲੱਖ ਦਾ ਜੀ ਲੇਕਿਨ ਆਖਰੀ ਜਾਨਵਰ ਹੈ ਵੀਡੀਓ ਦਾ ਜੀ ਬਿਲਕੁਲ ਤੇ ਪੈਕੇਜ ਦੇਣਾ ਹੈ ਜੀ ਬਿਲਕੁਲ ਪੈਕੇਜ ਇੱਕ ਜਿਸ ਭਰਾ ਬਾਰਗੇਨਿੰਗ ਕੋਈ ਨਾ ਕੀਤੀ ਨਾ ਜੀ 1,35,000 1,35,000 ਦੋਸਤੋ ਜੀ ਯੈਸ ਨੋ 1,35,000 ਜਿਸ ਬਾਈ ਨੂੰ ਆ ਰਹੀ ਹੈ ਸਮਝ ਇਸ ਦੇ ਵਿੱਚੋਂ ਕਿਸੇ ਨੂੰ 1,000 ਰੁਪਏ ਵੀ ਨਹੀਂ ਛੋੜਦੇ ਉਹ ਰਾਤਾ ਕਰੇ ਤੇ 1 ਜਨਾਬ ਦਾਣਾ ਹੋ ਰਹੇ ਮੇਰੇ ਪਿੱਛੇ ਬੰਦਾ ਖਲੋਤਾ 1 ਜਬਰਦਸਤੀ ਬਾਈ ਤੋਂ ਲਵਾਈ ਹੈ ਬਾਈ ਆਦਮ ਜੀ ਵੱਛੀ ਮਾਸ਼ਾਅੱਲਾ ਜੀ ਰੱਖਣੀ ਲੇਕਿਨ ਬਾਈਆਂ ਵਾਸਤੇ ਮੈਂ ਆਖ ਨਹੀਂ ਜੀ ਹੈ ਦਾ ਹੀਰਾ ਜਿਹੜਾ ਨਾ ਸਾਡੇ ਬਾਈ ਮੰਗਦੇ ਹੁੰਦੇ ਨੇ ਕਿ ਮਾਸ਼ਾਅੱਲਾ ਵੱਡੀਆਂ ਗਾਵਾਂ ਦਾ ਬੱਚਾ ਕੋਈ ਹੋਵੇ ਤੇ ਜਿਹੜਾ ਅਸੀਂ ਲਵੀਏ ਲੇਕਿਨ ਬਾਈਆਂ ਮਿਹਨਤ ਕਰਕੇ ਕੋਸ਼ਿਸ਼ ਕਰਕੇ ਲਵਾਈ ਦਿੱਤੀ ਬਾਈ ਇੱਧਰ ਕੋਲੋਂ ਤੇ ਚੈੱਕ ਕਰ ਲਓ ਮਾਸ਼ਾਅੱਲਾ ਪਿਓਰ ਬਲੱਡ ਤਸੱਲੀ ਨਾਲ ਦੱਸੋ ਜੀ ਹਾਈਟ ਕਾਰਡ ਮਾਸ਼ਾਅੱਲਾ ਚੈੱਕ ਕਰ ਲਵੋ ਸਰ ਕਿੰਨੇ ਮਹੀਨਿਆਂ ਦੀ ਵੱਛੀ ਜੀ ਵੱਛੀ 3 ਮਹੀਨੇ ਦੀ 3 ਮਾਹ ਦੀ ਦੋਸਤੋ ਜੀ ਵੱਛੀ ਹੈ ਤੇ ਇਸ ਦੀ ਉਹ ਹੋਈ ਹੋਈ ਡੀਆਰਨਿੰਗ ਹੋਈ ਹੋਈ ਅੱਛਾ ਡੀਆਰਨਿੰਗ ਹੋਈ ਦੋਸਤੋ ਜੀ ਸਿੰਘ ਖਤਮ ਮਾਸ਼ਾਅੱਲਾ ਜੀ ਦੇ ਹੋਏ ਹੋਏ ਫੀਡ ਖਾਂਦੀ ਹੈ ਜੀ ਫੀਡ ਖਾਂਦੀ ਹੈ ਪੱਠੇ ਖਾਂਦੀ ਹੈ ਜੋ ਕੋਈ ਮਰਦੀ ਹੈ ਅੱਛਾ ਠੀਕ ਹੋ ਗਿਆ ਪੱਠੇ ਵੀ ਖਾਂਦੀ ਤੇ ਬਿਰਾ ਭਾਵੇਂ ਆਪ ਰੋਟੀ ਖਾ ਕੇ ਜਿਹੜੀ ਬੱਚੀ ਉਹ ਵੀ ਖਵਾ ਦੇਣ ਦਾ ਵੀ ਹਾਂ ਬਿਲਕੁਲ ਜੀ ਹਾਂ ਸਰ ਜੀ ਲਵਾਈ ਤੁਹਾਡੇ ਕੋਲ ਦੇਣੀ ਹੈ ਰੇਟ ਨਹੀਂ ਇਹ ਰਮਜ਼ਾਨ ਜਿਉਂ ਦੀ ਚੀਜ਼ ਹੈ ਨਾ ਜਿਹੜੇ ਬੰਦੇ ਨੇ ਇਸ ਦੀ ਹੋਈ ਪਛਾਣ ਉਹ ਮੰਗੇ ਉਸ ਨੂੰ ਰੇਟ ਵੀ ਦੇ ਲੈ ਉਹ ਮੰਗੇ ਤਾਂ ਹੁੰਦੀ ਸੀ ਸਹੀ ਹਰ ਬੰਦੇ ਨੂੰ ਪਛਾਣ ਕੋਈ ਨਹੀਂ ਹੁੰਦੀ ਜੀ ਆਹ ਇੱਕ ਗੱਲ ਹੈ ਇੱਕ ਗੱਲ ਉਹ ਜਿਸ ਬਾਈ ਨੇ ਕੀ ਸਮਝ ਆ ਰਹੀ ਹੈ ਇੱਕ ਦਿਨ ਦੀ ਲੈਣ ਜਾ ਕੇ ਇੱਕ ਦਿਨ ਦੀ ਲੈਣ ਜਾ ਕੇ ਜੀ ਆ ਤੇ ਫਾਰਮ ਵਾਲਿਆ ਦਿੰਦੇ ਜੀ 1.5 ਲੱਖ ਰੁਪਇਆ ਮਾਸ਼ਾਅੱਲਾ ਤੇ ਇਸ ਤੇ 1 ਲੱਖ ਰੁਪਏ ਦਾ ਦੁੱਧ ਵੀ ਪੀ ਲਿਆ ਲੱਖ ਦਾ ਦੁੱਧ ਵੀ ਪੀ ਲਿਆ ਹੈ 3 ਮਹੀਨੇ ਦੁੱਧ ਪੀ ਲਿਆ ਮਾਸ਼ਾਅੱਲਾ ਜਿਸ ਜੜੇ ਗਾਂ ਬਣੀ ਰਾਹ ਯਾਦ ਕਰ ਯਾਦ ਦੋਸਤੋ ਜੀ ਸਮਝ ਆ ਰਹੀ ਬਰੀਡ ਦੀ ਪਛਾਣ ਹੈ ਪਰਖ ਹੈ ਤੇ ਬਾਈ ਜਨਾਬ ਬਾਈ ਰਨ ਫੋਨ ਕਰੋ ਤੇ ਸਾਰੇ ਚੀਜ਼ ਮੈਂ ਨੋਟ ਕਰ ਰਿਹਾ ਮੇਰਾ ਹੁਣ ਦਿਲ ਕਰੇ ਦਾ ਪਿਆ ਵੇ ਕਾਰ ਹੀ ਛੋੜਾ ਜੀ ਜੀ ਇਹ ਇੱਕ ਹੀਰਾ ਨਜ਼ਰ ਆਇਆ ਤੁਹਾਡੇ ਕੋਲ ਤੁਸੀਂ ਨਾ ਵੀਡੀਓ ਚਲਾਇਆ ਤੇ ਨਾ ਇਹਦਾ ਸ਼ੋਅ ਕਰਵਾਇਆ ਮਾਸ਼ਾਅੱਲਾ ਹੈ ਇਹਦੇ ਬਰੀਡਰ ਤੇ ਨਸੀਬਾਂ ਨਾਲ ਮਿਲਦੇ ਨੇ ਭਾਈ ਮੇਰੇ ਇੱਕ ਦੋਸਤ ਬਰਾ ਨੇ ਭਾਈ ਅਬਦੁਰਰਹਿਮਾਨ ਗੁਜਰੇ ਤੋਂ ਜੀ ਇਹ ਉਹਨਾਂ ਦੀ ਅਮਾਨਤ ਖਲੀ ਹੈ ਮੇਰੇ ਕੋਲ ਜੀ ਅੱਛਾ ਕੋਈ ਗੱਲ ਚਲੋ ਫੇਰ ਠੀਕ ਕੋਈ ਬਹੁਤ ਸਾਨ ਇਤਰਾਜ਼ ਕੋਈ ਇਹ ਬਰੀਡਰ ਉਹਨਾਂ ਆਪਣੀਆਂ ਗਾਵਾਂ ਵਾਸਤੇ ਵੈਸੇ ਸਿਆਣੇ ਹੈ ਉਹਨਾਂ ਸ਼ਾਇਦ ਹੀ ਫਰਕ ਹੈ ਜੀ ਨਾ ਲਿਆ ਮਾਸ਼ਾਅੱਲਾ ਜੀ ਬਿਲਕੁਲ ਅੱਲਾ ਉਹਨਾਂ ਨਸੀਬ ਕਰੇ ਭਾਈ ਭਾਈ ਜਿਹੜੇ ਵੀਡੀਓ ਦੇਖ ਰਹੇ ਜੀ ਨਾ ਲਿਆ ਤੇ ਬਹੁਤ ਮਾਸ਼ਾਅੱਲਾ ਜੀ ਅੱਛਾ ਦਾਣਾ ਸਿਲੈਕਟ ਕੀਤਾ ਨੇ ਤੇ ਅੱਜ ਦੀ ਦੋਸਤੋ ਜੀ ਵੀਡੀਓ ਪਸੰਦ ਆਈ ਚੈਨਲ ਸਬਸਕ੍ਰਾਈਬ ਲਾਈਕ ਕਰਨਾ ਵੀਡੀਓ ਸ਼ੇਅਰ ਕਰਨੀ ਹਰ ਵਕਤ ਭਾਈ ਅਲੀ ਹਦਰ ਸਾਹਿਬ ਕੋਲ ਬਲੋਚ ਡੈਰੀ ਫਾਰਮ ਤੇ ਮਾਸ਼ਾਅੱਲਾ ਇੰਪੋਰਟਡ ਦਾ ਕੰਮ ਹੈ ਹਰ ਵਕਤ ਮੌਜੂਦ ਹੁੰਦੇ ਨੇ ਵੱਛੀ ਤੁਹਾਨੂੰ ਕੋਈ ਚਾਹੀਦੀ ਹੈ ਬਰੀਡਰ ਚਾਹੀਦਾ ਹੈ ਵੱਡੀਆਂ ਗਾਵਾਂ ਚਾਹੀਦੀਆਂ ਨੇ ਸਭ ਖਾ ਕਰ ਗਾਂ ਕੋਈ ਮਿਲ ਜਾਂਦੀ ਕੋਈ ਬਾਈ ਜੀ ਹਰ ਕਿਸਮ ਦੀ ਗਾਂ ਮਿਲ ਜਾਂਦੀ ਹੈ ਜੀ ਠੀਕ ਹੋ ਗਿਆ ਤੇ ਨਾਰਾ ਮਾਰੀ ਜੀ ਪਾਕਿਸਤਾਨ ਜ਼ਿੰਦਾਬਾਦ